ਵੈਲਕਮ ਬੈਕ ਟੂ ਮਾਈ ਅਨਦਰ ਵਲੌਗ। ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਦੇਵਾਂਗੇ ਤੁਹਾਡੇ ਕੁਐਸਚਨਾਂ ਦੇ ਆਨਸਰ, ਕਿਉਂਕਿ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਕਿ ਰੋਜ਼ ਦੀ ਰੋਜ਼ ਵੀਡੀਓ ਪਾਇਆ ਕਰਾਂਗੇ। ਬਟ ਕਦੇ ਕਦੇ ਗੈਪ ਪੈ ਜਾਂਦਾ ਹੈਗਾ, ਕਿਉਂਕਿ ਕਾਫੀ ਕੁਛ ਚੱਲਦਾ ਪਿਆ ਲਾਈਫ ਦੇ ਵਿੱਚ। ਸੋ ਇਸ ਕਰਕੇ ਥੋੜ੍ਹਾ ਇੱਕ ਅੱਧਾ ਗੈਪ ਪੈ ਜਾਂਦਾ, ਬਟ ਕੋਸ਼ਿਸ਼ ਕਰਦਾ ਕਿ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਪਾਇਆ ਕਰੀਏ ਹੁਣ। ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਸੋ ਫਸਟ ਕੁਐਸਚਨ ਲੈਂਦੇ ਹਾਂ, ਬਟ ਫਸਟ ਕੁਐਸਚਨ ਲੈਣ ਤੋਂ ਪਹਿਲਾਂ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ, ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਇਮੀਡੀਏਟਲੀ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਮੇਰੀ ਹਰੇਕ ਨਵੀਂ ਵੀਡੀਓ ਦੀ। ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ, ਲੈਂਦੇ ਹਾਂ ਫਸਟ ਕੁਐਸਚਨ। ਸੋ ਬਾਈ ਜੀ ਪੁੱਛ ਰਹੇ ਨੇ ਕਿ 123 ਐਕਟ ਦੇ ਵਿੱਚ ਮੇਰਾ ਪ੍ਰੋਸੈਸ ਲੱਗ ਜੂਗਾ, ਬਟ 2 ਸਾਲ ਹੋ ਗਏ ਫਰਾਂਸ ਦੇ ਵਿੱਚ ਰਹਿੰਦੇ, ਸ਼ੈਨਗਨ ਵੀਜ਼ਾ 'ਤੇ ਮੈਂ ਆਇਆ ਸੀਗਾ। ਸੋ 2 ਸਾਲ ਦਾ ਗੈਪ ਪੈ ਗਿਆ ਹੈਗਾ ਵੀਰੇ। ਸੋ ਇਸ ਕੁਐਸਚਨ ਤੋਂ ਥੋੜ੍ਹਾ ਜਿਹਾ ਪਤਾ ਲੱਗਦਾ ਕਿ ਆਹ ਵੀਜ਼ਾ ਵੀਰ ਕੋਲ ਹੈ ਨਹੀਂ ਗਾ, ਤਾਂ ਹੀ 1, 2, 3 ਬਾਰੇ ਵੀਰ ਪੁੱਛ ਰਿਹਾ ਹੈਗਾ। ਹਾਂਜੀ ਵੀਰੇ, ਹੋ ਜਾਊਗਾ ਕੰਮ 1, 2, 3 ਦੇ ਵਿੱਚ ਵੀਰੇ, ਤੇਰਾ ਕੰਮ ਹੋ ਤਾਂ ਜਾਊਗਾ। ਫਿਰ ਤੁਹਾਨੂੰ ਆਉਣਾ ਵੀ ਦੂਜੇ ਤਰੀਕੇ ਨਾਲ ਪੈਂਦਾ ਹੈਗਾ, ਇੱਥੇ ਤੁਹਾਡਾ ਪ੍ਰੋਸੈਸ ਸਟਾਰਟ ਤਾਂ ਹੋ ਜਾਊਗਾ, ਬਟ ਮੈਨੂੰ 1, 2, 3 ਜਿੱਦਾਂ ਅੱਗ 'ਤੇ ਨਹੀਂ ਹੁੰਦਾ ਚੀਜ਼ ਕਿ ਕਦੋਂ ਵੀ ਚੇਂਜ ਹੋ ਸਕਦੀ ਹੈ। 1, 2, 3 ਐਕਟ ਐਸਾ ਐਕਟ ਹੈ ਜਿਹੜਾ ਕਿ ਮਤਲਬ ਕਦੋਂ ਵੀ ਚੇਂਜ ਹੋ ਸਕਦਾ, ਕਦੋਂ ਵੀ ਕੋਈ ਉਹ ਸੱਪ ਕਰ ਸਕਦੇ ਨਵਾਂ ਕੋਈ। 1, 2, 3 ਦਾ ਇਸ ਟਾਈਮ ਪ੍ਰੋਸੈਸ ਰੇਟ ਬਹੁਤ ਵਧੀਆ ਚੱਲ ਰਿਹਾ, ਕਾਫੀ ਪੋਜ਼ਿਟਿਵ ਰਿਜ਼ਲਟ ਆ ਰਹੇ ਨੇ, 90% ਸਾਰਾ ਕੁਛ ਪੋਜ਼ਿਟਿਵ 'ਚ ਆ ਰਿਹਾ, ਕਾਰਡ ਵੀ ਛੇਤੀ ਆ ਰਹੇ ਨੇ, ਕੋਈ ਕਾਰਡ ਰੁਕ ਨਹੀਂ ਰਹੇ ਹੈਗੇ। ਸੋ 1, 2, 3 ਦਾ ਇਸ ਟਾਈਮ ਪ੍ਰੋਸੈਸ ਵਧੀਆ ਚੱਲ ਰਿਹਾ ਹੈਗਾ, ਜਿਹੜੇ ਵੀ ਹੈਗੇ ਫਰਾਂਸ ਬੈਲਜੀਅਮ ਜਿੱਥੇ ਵੀ ਹੈਗੇ ਹਨ ਵੀਰ, ਆ ਕੇ ਤੁਸੀਂ ਲਵਾ ਸਕਦੇ ਹੈਗੇ ਹੋ। ਬਟ 1, 2, 3 ਇੱਕ ਐਸਾ ਐਕਟ ਹੈਗਾ ਕਿ ਕੁਛ ਵੀ ਮੰਗ ਸਕਦੇ ਹੋ ਤੁਹਾਡੇ ਤੋਂ, ਤੁਸੀਂ ਫਾਈਲ ਜਮ੍ਹਾਂ ਕਰਾਉਣ ਜਾਓਗੇ ਕੁਛ ਵੀ ਮੰਗ ਸਕਦੇ ਹੈ, ਜੇ ਤੁਹਾਡੇ ਕੋਲ ਉਹ ਨਾ ਹੋਇਆ ਫਿਰ ਤੁਹਾਡਾ ਫਿਰ ਅੜ ਜਾਂਦਾ ਕੰਮ। ਇਸ ਕਰਕੇ 1, 2, 3 ਐਕਟ ਹਮੇਸ਼ਾ ਹੀ ਥੋੜ੍ਹਾ ਜਿਹਾ ਡਾਵਾਂਡੋਲ ਹੀ ਰਹਿੰਦਾ ਹੈਗਾ, ਇਸ ਕਰਕੇ। ਬਟ 1, 2, 3 ਐਕਟ ਦੇ ਵਿੱਚ ਇਸ ਟਾਈਮ ਪੂਰਾ ਪ੍ਰੋਸੈਸ ਰੇਟ ਵਧੀਆ ਚੱਲ ਰਿਹਾ, ਵਧੀਆ ਰਿਸਪੋਂਸ ਆ ਰਿਹਾ, ਵਧੀਆ ਹੀ ਕਾਰਡ ਟਾਈਮ ਸਿਰ ਆ ਰਹੇ ਨੇ। ਸੋ ਹੋਪ ਕਰਦਾ ਕਿ ਆਹ ਕੁਐਸਚਨ ਦਾ ਕਲੀਅਰ ਹੋ ਗਿਆ ਹੋਣਾ ਤੁਹਾਡਾ ਆਨਸਰ, ਕਿ 1, 2, 3 ਐਕਟ ਦਾ ਰਿਸਪੋਂਸ ਹੁਣ ਇਸ ਟਾਈਮ ਵਧੀਆ ਹੈਗਾ। ਕੋਈ ਵੀ ਯੂਰੋਪੀਅਨ ਕੰਟਰੀ 'ਚ ਜਿਹੜੇ ਬੈਠ ਕੇ ਵੀ ਕੰਮ ਕਰ ਰਿਹਾ ਹੈਗਾ ਵੀਜ਼ਾ ਤੋਂ ਬਗੈਰ, ਆ ਕੇ ਤੁਸੀਂ ਆਪਣੇ ਪੇਪਰ ਅਪਲਾਈ ਕਰ ਸਕਦੇ ਹੋ 1, 2, 3 ਐਕਟ ਦੇ ਵਿੱਚ। ਸੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਸੋ ਸੈਕਿੰਡ ਕੁਐਸਚਨ ਹੈਗਾ ਕਿ ਵੀਰੇ, ਅੱਜ ਕੱਲ੍ਹ ਲੀਗਲ ਐਂਟਰੀ ਦੀ ਅਪੁਆਇੰਟਮੈਂਟ ਕਿੰਨੇ ਦੇਰ ਬਾਅਦ ਮਿਲ ਰਹੀ ਹੈ? ਲੀਗਲ ਐਂਟਰੀ ਤੁਹਾਨੂੰ 72 ਆਵਰ ਦੇ ਵਿੱਚ ਹੀ ਕਰਾਉਣੀ ਹੁੰਦੀ ਹੈ, ਉਹ ਤੁਹਾਨੂੰ ਅਪੁਆਇੰਟਮੈਂਟ ਦਿੰਦੇ ਹੈਗੇ 2-3 ਮਹੀਨੇ ਦਾ ਗੈਪ ਪਾ ਦਿੰਦੇ ਹੈਗੇ ਅੱਜ ਕੱਲ੍ਹ। ਕਈਆਂ ਨੂੰ ਛੇਤੀ ਮਿਲ ਜਾਂਦੀ ਹੈ, ਕਈਆਂ ਨੂੰ ਮਹੀਨੇ ਦੇ ਵਿੱਚ ਹੀ ਮਿਲ ਜਾਂਦੀ ਹੈ, ਕਈਆਂ ਨੂੰ ਵੱਧ ਤੋਂ ਵੱਧ 2 ਜਾਂ 3 ਮਹੀਨੇ ਲੱਗ ਜਾਂਦੇ ਹੈਗੇ। ਹਰੇਕ ਸਿਟੀ ਦੇ ਵਿੱਚ ਡਿਫਰੈਂਟ ਹੈਗੇ ਹੈ ਟਾਈਮ ਪੀਰੀਅਡ, ਹਰੇਕ ਸਿਟੀ ਦਾ ਅਲੱਗ ਅਲੱਗ ਪ੍ਰੋਸੈਸ ਹੈਗਾ। ਸੋ ਇਸ ਕਰਕੇ ਤੁਸੀਂ ਦੇਖੋ ਕਿ ਲੀਗਲ ਐਂਟਰੀ ਕਿੱਥੇ ਈਜ਼ੀ ਹੋ ਰਹੀ ਹੈ। ਸੋ ਫਸਟ ਲੀਗਲ ਐਂਟਰੀ ਫਰੈਂਡਾਂ ਨੂੰ ਪੁੱਛੋ ਕਿ ਲੀਗਲ ਐਂਟਰੀ ਕਿੱਥੇ ਈਜ਼ੀ ਹੋ ਰਹੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਉਹ ਥਾਂ 'ਤੇ ਜਾ ਕੇ ਤੁਸੀਂ ਈਜ਼ੀ ਲੀਗਲ ਐਂਟਰੀ ਕਰਾ ਸਕਦੇ ਹੈਗੇ ਹੋ, ਅਤੇ ਛੇਤੀ ਤੁਹਾਡਾ ਰਿਸਪੋਂਸ ਆ ਜੂਗਾ ਲੀਗਲ ਐਂਟਰੀ ਦਾ। ਸੋ ਥਰਡ ਕੁਐਸਚਨ ਵੱਲ ਚੱਲਦੇ ਹਾਂ। ਵੀਰ ਪੁੱਛ ਰਿਹਾ ਕਿ ਕਿਸੇ ਹੋਰ ਸੈਨੇਗਨ ਕੰਟਰੀ ਦਾ ਸਟੱਡੀ ਵੀਜ਼ਾ ਲੈ ਕੇ ਅਸੀਂ ਪੁਰਤਗਾਲ ਦੇ ਵਿੱਚ ਆ ਕੇ ਆਪਣੇ ਪੇਪਰ ਅਪਲਾਈ ਕਰ ਸਕਦੇ ਹਾਂ। ਸੋ ਸ਼ੈਨਗਨ ਵੀਜ਼ਾ ਮੀਨਸ ਤੁਸੀਂ 26 ਕੰਟਰੀਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ ਵੀਜ਼ੇ ਦੇ ਵਿੱਚ। ਸੋ ਤੁਸੀਂ ਪੁਰਤਗਾਲ ਆ ਕੇ ਤੁਸੀਂ ਆਪਣੇ ਪੇਪਰ ਅਪਲਾਈ ਕਰ ਸਕਦੇ ਹੋ। ਸੋ ਹੋਪ ਕਰਨਾ ਕੁਐਸਚਨ ਨੰਬਰ 3 ਦਾ ਆਨਸਰ ਮਿਲ ਗਿਆ ਹੋਣਾ। ਸੋ ਫੋਰਥ ਕੁਐਸਚਨ ਵੱਲ ਚੱਲਦੇ ਹਾਂ ਆਪਾਂ। ਆ ਵੀਰ ਪੁੱਛ ਰਿਹਾ ਹੈਗਾ ਕਿ ਮੇਰੇ ਫਿੰਗਰ ਹੈਗੇ ਜੂਨ ਦੇ ਵਿੱਚ, ਕੋਈ ਤਰੀਕਾ ਹੈਗਾ ਕਿ ਮਈ ਦੇ ਵਿੱਚ ਤੁਹਾਨੂੰ ਡੇਟ ਮਿਲ ਸਕਦੀ ਹੈਗੀ? ਤਰੀਕੇ ਹੈਗੇ ਆ ਵੀਰੇ, ਬਟ ਉਹ ਤੁਸੀਂ ਐਡਵੋਕੇਟ ਨਾਲ ਗੱਲ ਕਰੋ, ਉਹ ਤੁਹਾਨੂੰ ਮਿਲ ਜਾਂਦੀ ਹੁੰਦੀ ਹੈ, ਉਹ ਤੁਹਾਨੂੰ ਐਡਵੋਕੇਟ ਕੋਈ ਹੋਰ ਥਾਂ ਦੀ ਨੇੜੇ ਦੀ ਤਰੀਕ ਦਵਾ ਦਿੰਦੇ ਹੈਗੇ ਆ, ਅਤੇ ਤੁਸੀਂ ਉਹ ਸਾਰਾ ਪ੍ਰੋਸੈਸ ਤੁਹਾਡਾ ਉੱਧਰ ਚੇਂਜ ਹੋ ਜਾਂਦਾ ਹੈਗਾ, ਬਟ ਇਹ ਐਡਵੋਕੇਟ ਦਾ ਕੰਮ ਹੈਗਾ, ਮੇਰਾ ਕੰਮ ਨਹੀਂ ਹੈਗਾ। ਬਟ ਹਾਂਜੀ, ਤਰੀਕੇ ਹੈਗੇ ਆ ਕਿ ਤੁਹਾਨੂੰ ਡੇਟ ਛੇਤੀ ਮਿਲ ਜਾਂਦੀ ਹੈ, ਪਰ ਤੁਹਾਨੂੰ ਐਡਵੋਕੇਟ ਕੋਲ ਜਾਣਾ ਪੈਣਾ, ਉਹਨਾਂ ਨੂੰ ਪੈਸੇ ਪੁਸੇ ਖਵਾਉਣੇ ਪੈਣੇ ਹੈ। ਸੋ ਹੋਪ ਕਰਦਾ 4 ਕੁਐਸਚਨ ਤੁਹਾਨੂੰ ਕਲੀਅਰ ਹੋ ਗਏ ਹੋਣੇ। ਕੱਲ੍ਹ ਇੱਕ ਹੋਰ ਵੀਡੀਓ ਲੈ ਕੇ ਆਉਂਦੇ ਹਾਂ, ਟਾਈਮ ਕੱਢਦੇ ਹਾਂ। ਆ ਤੁਹਾਨੂੰ ਲੱਗਦਾ ਹੋਊਗਾ ਕਿ ਛੋਟੀ ਵੀਡੀਓ ਹੈਗੀ ਹੈ, ਨਾਲ ਨਾਲ ਮੈਂ ਕੱਟ ਕੱਟ ਕੇ ਪਾਉਣਾ ਹੈਗਾ, ਕਿਉਂਕਿ ਮੈਂ ਵਿੱਚ ਕਸਟਮਰ ਵੀ ਡੀਲ ਕਰਦਾ ਹੈਗਾ, ਜਿੱਦਾਂ ਕਸਟਮਰ ਆ ਗਿਆ ਉਦੋਂ ਕੱਟ ਦੇਣਾ, ਫਿਰ ਸ਼ੁਰੂ ਕਰਦਾ ਹੈਗਾ, ਕਦੇ ਨਹੀਂ ਘੱਟੋ ਘੱਟ 5-6 ਟੇਕ ਲੈ ਲੈਂਦਾ। ਆ 10 ਮਿੰਟ ਦੀ ਵੀਡੀਓ ਘੱਟੋ ਘੱਟ ਬਣਦੀ ਹੈਗੀ ਹੈ 3-4 ਘੰਟਿਆਂ 'ਚ ਬਣਦੀ ਹੈਗੀ ਹੈ, ਕਿਉਂਕਿ ਵਿੱਚ ਹੀ ਕਸਟਮਰ ਆ ਜਾਂਦਾ, ਵਿੱਚ ਅਜੇ ਵੀ ਰੌਲਾ ਪਈ ਜਾਂਦਾ ਹੈਗਾ, ਹਾਲੇ ਵੀ ਉਹ ਦੇਖੋ ਤੁਸੀਂ ਸੁਣ ਸਕਦੇ, ਵੇਟ ਕਰੋ ਆ ਰਹੀ ਹੈ ਆਵਾਜ਼। ਇਸ ਕਰਕੇ ਥੋੜ੍ਹਾ ਮੋਟਾ ਡੀਲਿੰਗ ਹੀ ਕਰਦਾ ਰਹਿੰਦਾ। ਸੋ ਹੋਪ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀਆਂ ਹੋਣੀਆਂ, ਜਿੰਨਾ ਵੀ ਸ਼ੇਅਰ ਹੋ ਸਕੇ ਸ਼ੇਅਰ ਕਰਿਆ ਕਰੋ, ਜਿਹਨੂੰ ਜ਼ਰੂਰਤ ਹੈਗੀ ਹੈ ਵੀਡੀਓ ਦੀ ਉਹਨੂੰ ਭੇਜਿਆ ਕਰੋ, ਅਤੇ ਮੈਨੂੰ ਅੱਜ ਦੇ ਲਈ 2 ਜੱਜ। ਗੁੱਡ ਨਾਈਟ।